ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਤਸੰਗਤ ਜੀ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜਿਹੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰੇ ਉਹ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ, ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰੇ ਉਹ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਿਆ ਪਰਵਾਨ ਪਾਰਕ ਦੀ ਉਸਾਰੀ ਚੱਲ ਰਹੀ, TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ, ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਮ ਹੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋਰ ਤੁਹਾਡੇ
ਕਿਣਕੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, ਦੋ ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਅਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹੇ, ਅਤੇ ਇਸ ਤੋਂ ਇਲਾਵਾ ਪਿਆਰਿਓ ਜੇ ਤੁਹਾਡੇ ਮਨ ਦੇ ਵਿੱਚ ਆਵੇ, ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ ਇੱਕ ਤੇਰੀ ਦੀ, ਦੋ ਤੇਰੀਆਂ ਦੀ, ਪੰਜ ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ, ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ। ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ, ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੀਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰੱਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰ ਇੱਕ ਦਾ ਆਪਣਾ ਆਪਣਾ ਪਿਆਰ ਹੈ ਨਾ, ਮੈਂ ਕਿਹੜੇ ਢੰਗ ਨਾਲ ਪਿਆਰ ਕਰਦਾ ਮੈਂ ਜਾਣਦਾ, ਤੁਸੀਂ ਕਿਹੜੇ ਢੰਗ ਨਾਲ ਕਰਦੇ ਤੁਸੀਂ ਜਾਣਦੇ ਹੋ, ਪਰ ਪਿਆਰ ਵਿੱਚ ਅੱਜ ਵਾਧਾ ਕਰਿਓ, ਵਾਧਾ ਵਾਧਾ। ਹੁਣ ਬਿਰਲੇ ਦੀ ਗੱਲ ਸੁਣਿਓ,
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਇਹਦਾ ਨਹੀਂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਜਿੰਨਾ ਜ਼ੋਰ ਲਾ ਸਕਦੇ ਲਾਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਹੁਣ ਗੱਲ ਸੁਣਿਓ, ਬਿਰਲੇ ਨੇ ਪਹਿਲੀ ਗੱਲ ਕੀ ਕਹੀ ਭਰੇ ਇਕੱਠ ਵਿੱਚ, ਕਹਿੰਦਾ ਜਿਹੜਾ ਤੁਸੀਂ ਇਹ ਮੱਥੇ ਦੇ ਉੱਤੇ ਤਿਲਕ ਲਾਉਂਦੇ ਹੋ ਨਾ, ਇਹ ਚੰਦਨ ਦਾ, ਕੇਸਰ ਦਾ, ਕਿਸੇ ਹੋਰ ਚੀਜ਼ ਦਾ ਨਾ ਸਮਝਿਓ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੁੱਚੇ ਲਹੂ ਦਾ ਤੁਸੀਂ ਤਿਲਕ ਲਾਉਂਦੇ ਹੋ। ਤੇ ਅਗਲੀ ਗੱਲ ਜਿਹੜੀ ਕਈ ਕਈ ਅਸ਼ਰਧਕ ਸੀ ਨਾ ਜਿਹੜੇ, ਉਹਨਾਂ ਦੀ ਵੀ ਸ਼ਰਧਾ ਬਣ ਗਈ। ਕਹਿੰਦਾ ਉਹ ਮੇਰੇ ਹਿੰਦੂ ਭਰਾਵੋ, ਆ ਜਿਹੜਾ ਤੁਸੀਂ ਗਲੇ ਦੇ ਵਿੱਚ ਜਨੇਊ ਪਹਿਣਦੇ ਹੋ ਨਾ, ਜਨੇਊ, ਮਤ ਖਿਆਲ ਕਰਨਾ ਇਹ ਧਾਗੇ ਦਾ ਸੂਤ ਦਾ ਪਰੋਇਆ। ਕਹਿੰਦੇ ਕਦੀ ਗੌਰ ਨਾਲ ਤੱਕਿਓ, ਇਹ ਜਿਹੜਾ ਤੁਸੀਂ ਗਲੇ ਦੇ ਵਿੱਚ ਜਨੇਊ ਪਾਉਂਦੇ ਹੋ ਨਾ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੰਦਰਾਂ ਦਾ ਪਰੋਇਆ ਹੋਇਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਅੰਦਰਾਂ ਦਾ ਪਰੋਇਆ, ਅੰਦਰਾਂ ਦਾ। ਜੇ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਚਾਂਦਨੀ ਚੌਂਕ 'ਚ ਕੁਰਬਾਨੀ ਨਾ ਕਰਦੇ, ਅੱਜ ਇਹ ਬਖਸ਼ਿਸ਼ਾਂ ਵਰਤਣੀਆਂ ਨਹੀਂ ਸੀ। ਤੁਹਾਡੀ ਹੋਰ ਸ਼ਰਧਾ ਬਣ ਜਾਵੇ ਤਾਂ ਮੈਂ ਬਚਨ ਕੀਤਾ। ਤੇ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੰਨੀ ਜ਼ੋਰ ਨਾਲ ਧੰਨ ਕਹਿ ਸਕਦੇ ਹੋ ਨਾ ਕਹੋ, ਜਿੰਨੀ ਜ਼ੋਰ ਨਾਲ, ਬੜੀਆਂ ਖੁਸ਼ੀਆਂ ਮਿਲਣੀਆਂ। ਗੁਰੂ ਤੇਗ ਬਹਾਦਰ ਤਾਂ ਖੁਸ਼ ਹੋਣਗੇ ਹੀ ਹੋਣਗੇ, ਗੁਰੂ ਗੋਬਿੰਦ ਸਿੰਘ ਬੜੇ ਖੁਸ਼ ਹੋਣਗੇ ਜੀ, ਮੇਰੇ ਗੁਰੂ ਪਿਤਾ ਨੂੰ ਤੂੰ ਧੰਨ ਕਹਿ ਰਹੇ ਹੈ ਜੀ। ਸਾਰੀ ਸੰਗਤ, ਮੈਂ ਹੁਣ ਸਾਜਾਂ ਨੂੰ ਵਿੱਚ ਵਿਸ਼ਰਾਮ ਵੀ ਦੇ ਦੇਣਾ, ਬੰਦ ਕਰਾ ਕੇ ਵੀ ਤੁਹਾਡੀ ਆਵਾਜ਼ ਸੁਣਨੀ, ਜੇ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਮੇਰੀ ਬੇਨਤੀ ਗੱਜ ਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, 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 ਧੰਨ ਗੁਰੂ। ਵਾਹ ਭੈਣਾ ਬੋਲੋ, ਧੰਨ ਗੁਰੂ, ਧੰਨ ਗੁਰੂ ਤੇਗ ਬਹਾਦਰ ਸਾਹਿਬ, 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 ਗੱਜ ਕੇ ਵੀਰੋ। ਵਾਹ ਵਾਹ ਭੈਣਾ, ਧੰਨ ਗੁਰੂ, ਸ਼ਾਬਾਸ਼। ਅਮੋਗ ਦਰਸ਼ਨ ਬੇਅੰਤ ਅਪਾਰਾ, ਵੱਡ ਸਮਰੱਥ ਸਦਾ ਦਾ ਤਾਰਾ, ਗੁਰਮੁਖ ਨਾਮ ਜਪੀਏ ਤਿਤ ਤਰੀਏ, ਕਤ ਨਾਨਕ ਵਿਰਲੀ ਜਾਤੀ ਜੀਓ, ਵੱਡ ਸਮਰੱਥ ਸਦਾ ਦਾ ਤਾਰਾ, ਧੰਨ ਗੁਰੂ ਤੇਗ ਬਹਾਦਰ ਸਾਹਿਬ, 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 ਧੰਨ ਗੁਰੂ ਤੇਗ। ਵਾਹ ਭੈਣਾ, ਧੰਨ ਗੁਰੂ, ਸਤਿਗੁਰ ਮੇਰਾ ਵੱਡ ਸਮਰੱਥਾ, ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹਉ ਪੀੜਾ, ਆਪ ਕਰੇ ਪ੍ਰਤਪਾਲਾ ਜੀਓ, ਸਤਿਗੁਰ ਮੇਰਾ ਵੱਡ ਸਮਰੱਥਾ,
ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾਂ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਮੇਰੇ ਧੰਨ ਗੁਰ ਤੇਗ ਵਾਹ ਵਾਹ ਭੈਣਾਂ ਮੇਰੀਆਂ ਧੰਨ ਗੁਰ ਪ੍ਰਭ ਸਮਰੱਥ ਵੱਡ ਊਚ ਅਪਾਰਾ ਨੌ ਨਿਧ ਨਾਮ ਪਰੇ ਭੰਡਾਰਾ ਆਦ ਅੰਤ ਮਤ ਪ੍ਰਭ ਸੋਈ ਦੂਜਾ ਨਵੇਂ ਨ ਲਾਈ ਜੀਓ ਪ੍ਰਭ ਸਮਰੱਥ ਵੱਡ ਊਚ ਅਪਾਰਾ ਨੌ ਨਿਧ ਨਾਮ ਪਰੇ ਭੰਡਾਰਾ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਗੁਰ ਤੇਗ ਬਹਾਦਰ ਬੋਲੋ ਸਾਹਿਬ ਧੰਨ ਗੁਰ ਵੀਰ ਮੇਰੇ ਭੈਣਾਂ ਮੇਰੀਆਂ ਧੰਨ ਗੁਰ ਮਹਿਮਾ ਕਹੀਂ ਨਾ ਜਾਏ ਗੋਰੇ ਸਮਰੱਥ ਦੇ ਗੋਰੇ ਸਮਰੱਥ ਦੇ ਮਹਿਮਾ ਕਹੀਂ ਨਾ ਜਾਏ ਗੋਰੇ ਸਮਰੱਥ ਦੇ ਪਰੰਪਰ ਅਲਖ ਅਪੇ ਮਹਿਮਾ ਕਹੀਂ ਨਾ ਜਾਏ ਗੋਰੇ ਸਮਰੱਥ ਦੇ ਗੋਰੇ ਸਮਰੱਥ ਦੇ ਵਾਹਿਗੁਰੂ 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 ਸਾਰੀ ਸੰਗਤ ਬੋਲੋ ਜੀ ਵਾਹਿਗੁਰੂ 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 ਵਾ
ਵਾਹਿਗੁਰੂ 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 ਵਾਹ ਤੁਹਾਡੀ ਆਵਾਜ਼ ਵਾਹ ਤੁਹਾਡੀ ਆਵਾਜ਼ ਵਾਹਿਗੁਰੂ ਵਾਹਿਗੁਰੂ ਕਹੀਂ ਨ ਜਾਏ ਗੁਰ ਸਮਰਥ ਦੇ ਗੁਰ ਸਮਰਥ ਦੇ ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਮੈਂ ਦੋ ਗੱਲਾਂ ਕਰਨੀਆਂ ਨੇ ਸਿਰਫ ਦੋ ਗੱਲਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਪੁਰਬ ਹੈ ਪਿਤਾ ਜੀ ਦੇ ਜੀਵਨ ਦੇ ਵਿੱਚੋਂ ਦੋ ਗੱਲਾਂ ਪਹਿਲੀ ਤੇ ਬੇਨਤੀ ਸਾਡੀ ਸ਼ਰਧਾ ਭਾਵਨਾ ਕਿਹੋ ਜਿਹੀ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਪਹਿਲੀ ਉਹ ਬੇਨਤੀ ਤੇ ਦੂਜੀ ਬੇਨਤੀ ਅੱਜ ਆਪਾਂ ਸਿੱਖਣਾ ਕੀ ਹੈ ਨਾਲ ਸ਼ਰਧਾ ਵੀ ਸਿੱਖਣੀ ਹੈ ਭਾਵਨਾ ਵੀ ਸਿੱਖਣੀ ਹੈ ਇੱਕ ਹੋਰ ਕਿਹੜੀ ਗੱਲ ਇਹੋ ਜਿਹੀ ਸਿੱਖਣੀ ਜਿਹਦੇ ਨਾਲ ਇਕੱਲਾ ਸਾਡਾ ਭਲਾ ਨਾ ਹੋਵੇ ਸਾਡੀਆਂ ਕੁੱਲਾਂ ਦਾ ਵੀ ਭਲਾ ਹੋ ਜੇ ਹਾਂਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਹਿਲੀ ਗੱਲ ਅੱਜ ਸੁਣਿਓ ਜਵੇਰੀ ਮੱਲ ਬਨਾਰਸ ਨੂੰ ਕੇਂਦਰ ਬਣਾ ਕੇ ਬਨਾਰਸ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਹੈ ਆਪਣੇ ਘਰ ਤੋਂ ਹੀ ਇਹਨੇ ਪ੍ਰਚਾਰ ਸ਼ੁਰੂ ਕੀਤਾ ਕੇਂਦਰ ਬਣਾ ਲਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਦੋਂ ਬਨਾਰਸ ਦੀ ਧਰਤੀ ਤੇ ਚਰਨ ਪਏ ਨਾ ਮਹਾਰਾਜ ਨੇ ਇਹਦੇ ਕੋਲ ਨਿਵਾਸ ਕੀਤਾ ਹੁਣ ਬੇਅੰਤ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਸਤਿਗੁਰਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖੁਸ਼ੀਆਂ ਲੈਂਦੀਆਂ ਹੁਣ ਸੁਣਨ ਵਾਲੀ ਗੱਲ ਜੇ ਹੁਣ ਰਾਤ ਨੂੰ ਜਦੋਂ ਸਾਰਿਆਂ ਨੇ ਵਿਸ਼ਰਾਮ ਕੀਤਾ ਨਾ ਮਹਾਰਾਜ ਵੀ ਲੇਟੇ ਤੇ ਜਦੋਂ ਹੋਇਆ ਅੰਮ੍ਰਿਤ ਵੇਲਾ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਜਵੇਰੀ ਮਲ ਨੇ ਮੋਢੇ ਦੇ ਉੱਤੇ ਪਰਨਾ ਰੱਖਿਆ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਨੂੰ ਆਗਿਆ ਦਿਓ ਗੱਲ ਸੁਣਿਓ ਮਹਾਰਾਜ ਕਹਿੰਦੇ ਕਿੱਧਰ ਜਾਣਾ ਹੈ ਕਹਿੰਦਾ ਜੀ ਮੈਂ ਚੱਲਿਆ ਗੰਗਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਮੈਨੂੰ ਤੁਸੀਂ ਆਗਿਆ ਦਿਓ ਇਸ਼ਨਾਨ ਕਰਕੇ ਆਵਾਂ ਫਿਰ ਆਪਣਾ ਨੇਮ ਕਰਾਂਗਾ ਗੰਗਾ 'ਤੇ ਇਸ਼ਨਾਨ ਕਰਨ ਚੱਲਿਆ ਮਹਾਰਾਜ ਆਪਣੇ ਮਨ 'ਚ ਮੁਸਕਰਾਏ ਭਾਵੇਂ ਇਹ ਗੁਰੂ ਨਾਨਕ ਦੇ ਘਰ ਦੀ ਸੇਵਾ ਕਰਦਾ ਪਰ ਅਜੇ ਅੰਦਰ ਇਹਦੇ ਗੰਗਾ ਵੱਡੀ ਹੈ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਗੰਗਾ 'ਤੇ ਇਸ਼ਨਾਨ ਕਰਕੇ ਆਵਾਂ
ਤੇ ਮਹਾਰਾਜ ਨੇ ਉਸ ਵੇਲੇ ਸਹਿਜੇ ਬਚਨ ਕੀਤਾ। ਵੇਖੋ ਸਿੱਖ ਜਿਹੜਾ ਨਾ, ਸਿੱਖ ਕਿਸੇ ਵੀ ਧਰਮ ਦੀ ਬੇਦਬੀ ਨਹੀਂ ਕਰਦਾ, ਇਹ ਚੀਜ਼ ਦਾ ਖਾਸ ਧਿਆਨ ਰੱਖਣਾ। ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਫਲਾਣਾ ਹਿੰਦੂ ਹੈ, ਫਲਾਣਾ ਮੁਸਲਮਾਨ, ਫਲਾਣਾ ਫਲਾਣੀ ਕੌਮ ਦਾ, ਫਲਾਣੇ ਮਜ਼ਹਬ ਦਾ ਹੈ। ਕਦੀ ਵੀ ਕਿਸੇ ਢੰਗ ਨਾਲ ਕਿਸੇ ਨਾਲ ਵੈਰ ਵਿਰੋਧ ਦੀ ਕੰਧ ਖੜੀ ਨਾ ਕਰਿਓ। ਇਹ ਮੇਰੀ ਬੇਨਤੀ ਹੈ, ਜੇ ਕਿਸੇ ਦੂਜੇ ਨਾਲ ਵੈਰ ਵਿਰੋਧ ਦੀ ਕੰਧ ਖੜੀ ਕਰੋਗੇ ਨਾ, ਸਭ ਤੋਂ ਪਹਿਲੇ ਗੁਰੂ ਪਿਤਾ ਦੀ ਤੁਹਾਡੇ ਵੱਲੋਂ ਪਿੱਠ ਹੋ ਜਾਏਗੀ ਕਿ ਮੈਂ ਤੇ ਤੈਨੂੰ ਸਿਖਾ ਕੇ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੈਂ ਤੇ ਤੈਨੂੰ ਪਿਆਰ ਵੰਡਣਾ ਸਿਖਾ ਕੇ ਗਿਆ, ਤੂੰ ਨਫ਼ਰਤ ਕਿਉਂ ਵੰਡਣ ਲੱਗ ਪਿਆ? ਹੈ ਜੀ, ਕਦੀ ਵੀ ਨਹੀਂ, ਇਹ ਕਦੀ ਵੀ ਨਹੀਂ ਕਰਨਾ। ਕਿਸੇ ਦੀ ਨਰਾਦਰੀ ਨਹੀਂ ਕਰਨੀ, ਕਿਸੇ ਦੀ ਬੇਦਬੀ ਨਹੀਂ ਕਰਨੀ, ਸਾਨੂੰ ਸਤਿਗੁਰਾਂ ਨੇ ਇਹ ਨਹੀਂ ਸਿਖਾਇਆ। ਹਾਂ, ਤੂੰ ਆਪਣੇ ਮਾਲਕ ਨੂੰ ਰੱਜ ਰੱਜ ਕੇ ਵੱਡਾ ਕਹਿ ਸਕਦਾ, ਇਹਦੇ 'ਚ ਕੋਈ ਪਾਬੰਦੀ ਨਹੀਂ। ਰੱਜ ਰੱਜ ਕੇ ਵਡਿਆਈ ਕਰ, ਉਹ ਕਰ ਸਕਦਾ, ਪਰ ਕਿਸੇ ਨੂੰ ਨੀਵਾਂ ਵਿਖਾ ਕੇ ਇਹ ਨਹੀਂ। ਅੱਜ ਮਹਾਰਾਜ ਨੇ ਕੁਝ ਸਿਖਾਉਣਾ ਸੀ ਸਾਨੂੰ, ਸਿਖਾਉਣਾ। ਮਹਾਰਾਜ ਕਹਿੰਦੇ ਕਿੱਧਰ ਚੱਲੇ ਜੀ? ਗੰਗਾ 'ਤੇ ਇਸ਼ਨਾਨ ਕਰਨ। ਅਤੇ ਸਤਿਗੁਰੂ ਨੇ ਨਾ ਸਹਿਜੇ ਬਚਨ ਪਤਾ ਕੀ ਕੀਤਾ? ਜੇ ਦੱਸਣਾ ਸੀ ਕਿ ਗੁਰੂ ਦੇ ਚਰਨਾਂ ਵਿੱਚ ਹੀ ਸਭ ਕੁਝ ਹੈ, ਗੁਰੂ ਦੇ ਚਰਨਾਂ 'ਚ ਹੀ। ਮਹਾਰਾਜ ਜਵੇਰੀ ਮਲ ਨੂੰ ਪਤਾ ਕੀ ਕਹਿੰਦੇ? ਕਹਿਣ ਲੱਗੇ, ਸਿੱਖ ਗੰਗਾ ਕੋਲ ਨਹੀਂ ਜਾਂਦਾ, ਗੰਗਾ ਸਿੱਖ ਕੋਲ ਚੱਲ ਕੇ ਆਉਂਦੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਹਾਰਾਜ ਗੰਗਾ ਸਿੱਖ ਕੋਲ ਚੱਲ ਕੇ ਆਉਂਦੀ, ਇਹ ਕਿਵੇਂ? ਤੇ ਮਹਾਰਾਜ ਜੀਆਂ ਨੇ ਉਸ ਵੇਲੇ ਨਾ ਇੱਦਾਂ ਉਂਗਲੀ ਦਾ ਇਸ਼ਾਰਾ ਕੀਤਾ, ਤੇ ਜਿੱਧਰ ਇਸ਼ਾਰਾ ਕੀਤਾ ਉੱਥੇ ਜਦੋਂ ਇੱਟ ਪੁੱਟੀ ਤੇ ਉੱਥੇ ਗੰਗਾ ਜਲ ਵਹਿ ਤੁਰਿਆ। ਸਤ ਸ੍ਰੀ ਅਕਾਲ। ਜਿਹੜਾ ਅੱਜ ਤੱਕ ਉਹ ਬਨਾਰਸ ਦੀ ਧਰਤੀ ਤੇ ਇਤਿਹਾਸ ਹੈ ਸਾਡਾ, ਅੱਜ ਤੱਕ ਉਹ ਜਲ ਵਹਿ ਰਿਹਾ। ਮਹਾਰਾਜ ਨੇ ਉਸ ਵੇਲੇ ਕੀ ਸੰਦੇਸ਼ਾ ਦਿੱਤਾ? ਗੁਰ ਸਮਾਨ ਤੀਰਥ ਨਹੀਂ ਕੋਈ। ਹੈ ਜੀ, ਗੁਰ ਸਮਾਨ ਤੀਰਥ ਨਹੀਂ। ਕਈ ਵਾਰੀ ਅਸੀਂ ਯਾਤਰਾ ਬੜੀਆਂ ਕਰਦੇ, ਮੈਂ ਚੱਲਿਆ ਜੀ ਹੇਮਕੁੰਡ ਸਾਹਿਬ, ਮੈਂ ਚੱਲਿਆ ਮਨੀਕਰਨ ਸਾਹਿਬ, ਮੈਂ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਜਾ ਰਿਹਾ, ਮੈਂ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਵੇਖਣ ਜਾ ਰਿਹਾ, ਸੁਣਿਓ ਧਿਆਨ ਨਾਲ, ਮੈਂ ਦਰਬਾਰ ਸਾਹਿਬ ਚੱਲਿਆ। ਇਹ ਕੋਈ ਮਾੜੀ ਗੱਲ ਨਹੀਂ, ਚੰਗੀਆਂ ਗੱਲਾਂ ਨੇ। ਪਰ ਸੱਚੀ ਦੱਸਿਓ ਮੈਨੂੰ, ਕਈ ਵਾਰੀ ਅਸੀਂ ਜਿਹਦੀ ਯਾਤਰਾ ਜਾਂਦੇ ਹਾਂ ਨਾ, ਉਹਦੇ ਵੱਲ ਧਿਆਨ ਘੱਟ ਹੁੰਦਾ ਹੈ? ਧਿਆਨ ਹੁੰਦਾ ਹੀ ਨਹੀਂ। ਧਿਆਨ ਤਾਂ ਹੁੰਦਾ ਖਰੀਦੋ ਫੋਕਤ ਵੱਲ, ਆਹ ਵੀ ਖਰੀਦ ਲਵਾਂ ਆਪਣੇ ਰਿਸ਼ਤੇਦਾਰਾਂ ਲਈ, ਆਹ ਵੀ ਲੈ ਜਾਂ ਉਹਦੇ ਲਈ, ਆਹ ਚੀਜ਼ ਲੈ ਜਾਂ ਮਿੱਤਰ ਲਈ, ਆਹ ਲੈ ਜਾਂ ਭੈਣ ਲਈ, ਆਹ ਲੈ ਜਾਂ ਭਾਈ ਲਈ, ਆਹ ਲੈ ਜਾਂ। ਚੀਜ਼ਾਂ ਦੇ ਵਿੱਚ, ਸ਼ੋਪਿੰਗ ਦੇ ਵਿੱਚ ਧਿਆਨ ਹੁੰਦਾ ਹੈ। ਜਿਹਦੀ ਯਾਤਰਾ ਕਰਨ ਜਾਂਦੇ ਹਾਂ, ਕਈ ਵਾਰੀ ਉਹਦੇ ਵੱਲ ਤਾਂ ਸਾਡਾ ਧਿਆਨ ਹੀ ਨਹੀਂ ਹੁੰਦਾ। ਉੱਤੋਂ ਗੁਰਦੁਆਰਿਆਂ ਦੀ ਯਾਤਰਾ ਜਾ ਰਿਹਾ ਨਾ, ਜਿਹਦੀ ਯਾਤਰਾ ਜਾ ਰਿਹਾ ਉਹਦੇ ਵੱਲ ਧਿਆਨ ਰੱਖ, ਤਾਂ ਤੇਰੀ ਯਾਤਰਾ ਸਫਲੀ। ਤੇ ਜੇ ਮੰਨ ਲੈ ਕਿਸੇ ਕਾਰਨ ਕਰਕੇ ਤੂੰ ਯਾਤਰਾ ਨਹੀਂ ਜਾ ਸਕਿਆ, ਨਹੀਂ ਜਾ ਸਕਿਆ, ਪੈਸੇ ਦੀ ਕਮੀ ਹੈ, ਸਮੇਂ ਦੀ ਕਮੀ, ਜਾਂ ਉਮਰ ਵੱਡੀ ਹੋ ਗਈ, ਨਹੀਂ ਜਾ ਸਕਿਆ ਤੂੰ ਯਾਤਰਾ, ਕਿ ਤੇਰੀ ਹਾਜ਼ਰੀ ਨਹੀਂ ਲੱਗੇਗੀ, ਤੇਰੀ ਤੀਰਥ ਦੀ ਯਾਤਰਾ ਨਹੀਂ ਹੋਏਗੀ। ਹੋਏਗੀ, ਪਤਾ ਕਦੋਂ ਹੋਏਗੀ? ਤੂੰ ਆਪਣੇ ਘਰ ਬਹਿ ਜਾ, ਘਰ ਬਹਿ, ਅੰਮ੍ਰਿਤ ਵੇਲਾ ਸੰਭਾਲ, ਅੰਮ੍ਰਿਤ ਵੇਲੇ ਉੱਠ ਕੇ ਅੰਤਰ ਧਿਆਨ ਹੋ ਕੇ ਬਹਿ ਜਾ। ਹੈ ਜੀ, ਮੈਂ ਕੱਲ੍ਹ ਰਾਤ ਦੇ ਦੀਵਾਨ 'ਚ ਬੇਨਤੀ ਕੀਤੀ ਸੀ ਮੇਰਠ, ਕੱਲ੍ਹ ਦੁਪਹਿਰੀ ਦਿੱਲੀ ਸੀ, ਕੱਲ੍ਹ ਰਾਤੀ ਮੇਰਠ। ਜਿਹੜੇ ਲਾਈਵ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਪਤਾ ਹੋਏਗਾ, ਉਹ ਕੁਝ ਸਮਾਂ ਇੱਦਾਂ ਬੈਠਿਆ ਕਰੋ, ਅੱਖਾਂ ਬੰਦ ਕਰਕੇ ਆਪਣੇ ਅੰਦਰ ਵੜਨ ਦਾ ਯਤਨ ਕਰਿਆ ਕਰੋ, ਅੰਦਰ ਵੜਨ ਦਾ। ਜਦੋਂ ਅੰਦਰ ਵੜੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ
ਮੇਰੇ ਅੰਦਰ ਹੀ ਗੁਰੂ ਰਾਮਦਾਸ ਬੈਠੇ ਨੇ, ਮੇਰੇ ਅੰਦਰ ਹੀ ਬਾਬਾ ਦੀਪ ਸਿੰਘ ਬੈਠੇ ਨੇ। ਮੇਰਾ ਤੇ ਮਨ ਮੰਦਰ ਏ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਣ ਪਸਤਕ ਹੈ ਬਹੁੜ ਜਨਮ ਨਾਵਾ, ਮੰਨੀ ਮੰਦਰ ਏ ਮੇਰਾ। ਦੇਖੋ ਕਿੱਡੀ ਪਿਆਰੀ ਮਹਾਰਾਜ ਨੇ ਸਾਨੂੰ ਇਹ ਜਾਚ ਸਿਖਾਈ ਏ। ਹੁਣ ਜਿਹਦਾ ਮਨ ਮੰਦਰ ਬਣ ਗਿਆ, ਹੁਣ ਤੁਸੀਂ ਦੱਸੋ ਕਦੀ ਮੰਦਰ ਦੇ ਵਿੱਚ ਕੋਈ ਮੀਟ ਖਾ ਕੇ ਵੜਦਾ? ਦੱਸੋ ਕੋਈ ਅਣਜਾਣ ਹੋਏਗਾ ਜਿਹੜਾ ਵੜੇਗਾ, ਪਰਵਾਹ ਨਾ ਕਰੇ, ਸ਼ਰਾਬ ਪੀ ਕੇ ਕੋਈ ਵੜਦਾ? ਦੱਸੋ ਨਹੀਂ ਵੜਦਾ ਨਾ। ਤੇ ਜਦੋਂ ਮਨ ਮੰਦਰ ਹੋ ਗਿਆ ਬੰਦੇ ਦਾ, ਸ਼ਰਾਬ ਇਹ ਮਾਸ ਖਾਣ ਵਾਲੀਆਂ ਚੀਜ਼ਾਂ ਪੇ ਮੁੱਕ ਜਾਣਗੀਆਂ ਨਾ, ਮੇਰਾ ਮਨ ਮੰਦਰ ਬਣ ਗਿਆ, ਮੈਂ ਗਲਤ ਚੀਜ਼ਾਂ ਦੀ ਵਰਤੋਂ ਕਿਉਂ ਕਰਾਂ? ਮੇਰਾ ਮਨ ਹੀ ਗੁਰਦੁਆਰਾ ਬਣ ਗਿਆ। ਹੁਣ ਗੁਰਦੁਆਰੇ ਦੇ ਵਿੱਚ ਦੱਸੋ ਕੋਈ ਜੋੜੇ ਪਾ ਕੇ ਆ ਸਕਦਾ? ਨਹੀਂ ਆ ਸਕਦਾ ਨਾ। ਸ਼ਰਾਬ ਪੀ ਕੇ ਆ ਸਕਦਾ? ਨਹੀਂ ਆ ਸਕਦਾ। ਹੋਰ ਮਾੜੀਆਂ ਚੀਜ਼ਾਂ ਦੀ ਵਰਤੋਂ ਕਰਕੇ ਆ ਸਕਦਾ? ਨਹੀਂ ਆ ਸਕਦਾ ਨਾ। ਜਦੋਂ ਹੁਣ ਮਨ ਹੀ ਗੁਰਦੁਆਰਾ ਬਣ ਗਿਆ, ਫਿਰ ਬੰਦਾ ਡਰੇਗਾ, ਓਹੋ ਇਹਦੇ ਵਿੱਚ ਮੈਂ ਹੁਣ ਮੁਰਦੇ ਨਹੀਂ ਸੁੱਟਣੇ। ਅਸੀਂ ਤੇ ਮੁਰਦੇ ਸੁੱਟਦੇ ਹਾਂ ਨਾ, ਮਾਸ ਖਾ ਕੇ, ਕਦੀ ਕੋਈ ਸ਼ਰਾਬਾਂ ਪੀ ਕੇ, ਕਿੰਨੀਆਂ ਗੰਦੀਆਂ ਚੀਜ਼ਾਂ ਸੁੱਟੀ ਜਾਂਦੇ ਅੰਦਰ। ਜਦੋਂ ਮਨ ਹੀ ਗੁਰਦੁਆਰਾ ਬਣ ਗਿਆ, ਮਨ ਹੀ ਮੰਦਰ ਬਣ ਗਿਆ, ਆ ਚੀਜ਼ਾਂ ਤੋਂ ਆਪੇ ਬੰਦਾ ਪਰਹੇਜ਼ ਕਰਨ ਲੱਗ ਪਏਗਾ। ਪਰਹੇਜ਼, ਚਲੋ ਇਹ ਅਲੱਗ ਵਿਸ਼ਾ ਹੈ, ਮੈਂ ਕਿਸੇ ਦਿਨ ਜੇ ਗੁਰੂ ਨੇ ਕਿਰਪਾ ਕੀਤੀ ਤਿੰਨ ਤੋਂ ਚਾਰ ਵਾਲੇ ਸਮਾਗਮ 'ਚ ਜ਼ਰੂਰ ਬੋਲਾਂਗਾ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੁਣਿਓ, 10 ਮਿੰਟ 15 ਮਿੰਟ 20 ਮਿੰਟ ਜ਼ਰੂਰ ਆਪਣੇ ਅੰਦਰ ਵੜਿਆ ਕਰੋ, ਰੋਜ਼ ਯਾਤਰਾ ਕਰਿਆ ਕਰੋ। ਜੇ ਉੱਦਾਂ ਤੁਹਾਡੇ ਕੋਲ ਕਰਾਇਆ ਨਹੀਂ, ਜਾਂ ਸਰੀਰ ਬਿਰਧ ਹੋ ਚੁੱਕੇ ਹੈ, ਜਾਂ ਕੋਈ ਪ੍ਰੋਬਲਮ ਹੈ, ਨਹੀਂ ਜਾ ਸਕੇ ਤੀਰਥ ਯਾਤਰਾ, ਉਹ 15 ਮਿੰਟ ਬਹਿ ਜਾਇਆ ਕਰੋ, ਧਿਆਨ ਲਾ ਕੇ ਨੇਤਰ ਕਰੋ ਬੰਦ। ਹੁਣ ਤੁਸੀਂ ਵੀ ਕਰੋ, ਜਿਨ੍ਹਾਂ ਦੀ ਸਿਹਤ ਰਾਜੀ ਹੈ ਨਾ ਚੌਂਕੜੇ ਮਾਰ ਲਓ, ਹਾਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਮਾਫ਼ੀ, ਤੇ ਉਹ ਅਰਦਾਸ ਕਰੋ ਬਾਪੂ ਚੌਂਕੜਾ ਮਾਰਨ ਜੋਗਾ ਬਣਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਦੀ ਸਿਹਤ ਰਾਜੀ ਹੈ ਨਾ, ਇੱਕ ਮਿੰਟ ਲਈ ਚੌਂਕੜੇ ਮਾਰ ਲਓ, ਬਚਨ ਮੰਨੋ ਸਾਰੇ। ਵਾਹ ਵਾਹ, ਨੇਤਰ ਬੰਦ, ਧਿਆਨ ਗੁਰੂ ਰਾਮਦਾਸ ਦੇ ਚਰਨਾਂ ਦਾ। ਸਵਾਸ ਜਿਹੜੇ ਆ ਜਾ ਰਹੇ ਨੇ ਨਾ, ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ, ਸਵਾਸਾਂ ਦੀ ਪ੍ਰਕਿਰਿਆ ਨੂੰ। ਧਿਆਨ ਗੁਰੂ ਚਰਨਾਂ ਦਾ, ਤੇ ਸਾਰੀ ਸੰਗਤ ਆਓ, ਇੱਕ ਦੋ ਮਿੰਟਾਂ ਲਈ ਆਪਣੇ ਅੰਦਰ ਦੀ ਯਾਤਰਾ ਕਰਨ ਦਾ ਯਤਨ ਕਰੀਏ। ਸਾਰੇ ਲਵਾਓ ਹਾਜ਼ਰੀ। ਵਾਹਿਗੁਰੂ, 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 ਵਾਹਿਗੁਰੂ। ਸਾਰੀ ਸੰਗਤ ਬੋਲੋ ਜੀ, ਵਾਹਿਗੁਰੂ, 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 ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੈ ਜੀ, ਧੰਨ ਬਾਬਾ ਦੀਪ ਸਿੰਘ। ਵੇਖੋ ਕਿੰਨਾ ਆਨੰਦ ਬਣ ਗਿਆ, ਕਿੰਨਾ ਆਨੰਦ ਅੰਦਰ ਇੰਨਾ ਲੱਗਦਾ ਭਰ ਗਿਆ ਪੂਰਾ। ਅਜੇ ਅਸੀਂ 2-3 ਮਿੰਟ ਇੱਦਾਂ ਜਪਿਆ, ਤੇ ਰੋਜ਼ ਜੇ 10-15 ਮਿੰਟ ਜਪਣਾ ਸ਼ੁਰੂ ਕਰ ਦਿਓ, ਕਿੱਡੀਆਂ ਬਰਕਤਾਂ ਪੈਣਗੀਆਂ। ਔਰ ਅੰਦਰ ਰੋਜ਼ ਵੜਨਾ, ਅੰਦਰ ਅੰਦਰ ਹੈ ਜੀ। ਔਰ ਸੱਚਾਈ ਕਹਿ ਰਹੇ ਹਾਂ, ਸੱਚਾਈ, ਬਾਹਰ ਤੁਸੀਂ ਕਿਸੇ ਤੀਰਥ 'ਤੇ ਗਏ ਨਹੀਂ ਗਏ, ਪਰ ਜਦੋਂ ਰੋਜ਼ ਇੱਦਾਂ ਤੁਸੀਂ ਅੰਤਰ ਧਿਆਨ ਹੋ ਕੇ ਬੈਠੋਗੇ ਨਾ, ਤੁਹਾਨੂੰ ਇੱਦਾਂ ਦੀ ਫੀਲਿੰਗ ਆਏਗੀ ਕਿ ਮੇਰਾ ਗੁਰੂ ਰਾਮਦਾਸ ਏਡਾ ਵੱਡਾ, ਮੇਰਾ ਬਾਬਾ ਦੀਪ ਸਿੰਘ ਏਡਾ ਵੱਡਾ, ਮੇਰਾ ਗੁਰੂ ਨਾਨਕ, ਮੇਰਾ ਨਿਰੰਕਾਰ ਦਾਤਾ ਏਡਾ ਵੱਡਾ, ਉਹਦੇ ਚਰਨਾਂ ਦੇ ਵਿੱਚ ਹੀ ਸਾਰੇ ਤੀਰਥ ਨਿਵਾਸ ਕਰਦੇ ਨੇ। ਬੋਲੇ
ਸਤ ਸ੍ਰੀ ਅਕਾਲ। ਜਗ੍ਹਾ ਜਗ੍ਹਾ ਤੇ ਭਟਕਣਾ ਛੱਡੀਏ ਜੀ, ਆਪਣੇ ਗੁਰੂ ਦੇ ਉੱਤੇ ਇਹੋ ਜਿਹੀ ਭਾਵਨਾ ਬਣਾ ਲਓ, ਸਤਿਗੁਰ ਪਰਮੇਸ਼ਰ ਮੇਰਾ। ਆਪਣੇ ਗੁਰੂ ਦੇ ਉੱਤੇ ਇਹੋ ਜਿਹੀ ਭਾਵਨਾ ਬਣਾ ਲਓ, ਮੇਰਾ ਗੁਰੂ ਹੀ ਨਿਰੰਕਾਰ ਹੈ, ਮੇਰਾ ਗੁਰੂ ਹੀ ਰੱਬ ਹੈ, ਮੇਰਾ ਗੁਰੂ ਹੀ ਮੇਰਾ ਪਰਮੇਸ਼ਰ ਹੈ। ਫਿਰ ਕਿਤੇ ਬਾਹਰ ਯਾਤਰਾ ਕੀਤੀ ਨਹੀਂ ਕੀਤੀ ਕੋਈ ਐਡੀ ਗੱਲ ਨਹੀਂ, ਰੋਜ਼ ਅੰਦਰਲੀ ਯਾਤਰਾ ਹੋਣੀ ਸ਼ੁਰੂ ਹੋ ਜਾਏਗੀ, ਰੋਜ਼ ਹੀ ਰੋਜ਼। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਤੇ ਅੱਜ ਇਹ ਸਿੱਖਿਆ ਲੈ ਕੇ ਜਾਣੀ, ਆਪਣੇ ਗੁਰੂ ਦੇ ਉੱਤੇ ਰੱਬ ਵਰਗੀ ਭਾਵਨਾ, ਤੇ ਦੂਜੀ ਗੱਲ ਇਹ ਸੁਣ ਲਓ, ਫਿਰ ਉਸ ਤੋਂ ਬਾਅਦ ਸ਼ਬਦ ਪੜ੍ਹਨਾ। ਮੈਂ ਵੱਧ ਤੋਂ ਵੱਧ 15-20 ਮਿੰਟ ਤੁਹਾਡੇ ਹੋਰ ਲੈਣੇ ਨੇ, ਇਸ ਤੋਂ ਵੱਧ ਨਹੀਂ। ਆਹ ਮਨਾਂ ਨੂੰ ਟਿਕਾ ਕੇ ਬਹਿਣਾ ਚੜ੍ਹਦੀ ਕਲਾ ਦੇ ਵਿੱਚ। ਇੱਕ ਵਾਰੀ ਪੁੱਛ ਲਾ, ਚੜ੍ਹਦੀ ਕਲਾ ਚ ਓ ਸਤਿ ਸ੍ਰੀ ਅਕਾਲ। ਕਈਆਂ ਦੀ ਅੱਧੀ ਚੜ੍ਹਦੀ ਕਲਾ ਕਿਉਂ ਹੈ? ਆ ਪੂਰੀ ਚੜ੍ਹਦੀ ਕਲਾ ਨਾਲ ਬਾਹਾਂ ਤਾਂ ਕਰੋ ਗੱਜ ਕੇ, ਹਾਂ ਸੋ ਨਿਹਾਲ। ਹੁਣ ਦੂਜੀ ਬੇਨਤੀ ਸੁਣਿਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਮਿੰਟ ਦੇ ਵਿੱਚ ਇਹ ਬੇਨਤੀ ਮੈਂ ਬਸ ਕਰਾਂਗਾ। ਅਨੰਦਪੁਰ ਸਾਹਿਬ, ਪਹਿਲਾ ਨਾਮ ਸੀ ਮੱਖੋਵਾਲ, ਦੂਜਾ ਚੱਕ ਨਾਨਕੀ ਤੇ ਤੀਜਾ ਅਨੰਦਪੁਰ ਸਾਹਿਬ। ਇਹ ਜਗ੍ਹਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਮੁੱਲ ਲਈ ਸੀ, ਤੇ ਇਹਦਾ ਨਾਂ ਸੀ ਉਦੋਂ ਮੱਖੋਵਾਲ। ਮੱਖੋਵਾਲ ਇੱਕ ਦੈਂਤ ਸੀ, ਦੈਂਤ ਭੂਤ ਸੀ, ਦੈਂਤ ਰਾਕਸ਼ਸ। ਹੁਣ ਜਦੋਂ ਮਹਾਰਾਜ ਜੀਆਂ ਨੇ ਜਗ੍ਹਾ ਲਈ, ਉਸਾਰੀਆਂ ਸ਼ੁਰੂ ਹੋਈਆਂ ਤੇ ਕੀਰਤਨ ਦੇ ਪ੍ਰਵਾਹ ਨਾਲ ਹੀ ਸ਼ੁਰੂ ਹੋ ਗਏ। ਸਿੱਖ ਕੀਰਤਨ ਕਰਦੇ ਨੇ, ਬੰਦਗੀ ਕਰਦੇ ਨੇ, ਨਾਮ ਜਪਦੇ ਉੱਚੀ ਉੱਚੀ। ਤੇ ਇੱਕ ਦਿਨ ਇਹ ਆ ਗਿਆ ਮੱਖੋਵਾਲ ਮਹਾਰਾਜ ਜੀਆਂ ਦੇ ਕੋਲ ਦੈਂਤ, ਤੇ ਆ ਕੇ ਬੇਨਤੀ। ਪਤਾ ਕਿ ਇਹ ਸਾਡਾ ਇਤਿਹਾਸ ਹੈ, ਕੋਈ ਬਣਾ ਕੇ ਸਟੋਰੀ ਨਹੀਂ ਮੈਂ ਸੁਣਾ ਲਿਆ। ਆਇਆ ਉਹ ਦੈਂਤ ਤੇ ਆ ਕੇ ਪਤਾ ਕੀ ਕਹਿੰਦਾ, ਮਹਾਰਾਜ ਜਦੋਂ ਤੁਹਾਡੇ ਸਿੱਖ ਕੀਰਤਨ ਕਰਦੇ ਨੇ ਨਾ, ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਸਾਡੇ ਕੰਨਾਂ 'ਚ ਪੈਂਦੀ, ਸਾਨੂੰ ਉਤੋਂ ਕੋਵਾਂ ਦੂਰ ਭੱਜਣਾ ਪੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਜਿੱਥੇ ਗੁਰਬਾਣੀ ਆ ਜੇ ਅਸੀਂ ਉੱਥੇ ਟਿਕ ਨਹੀਂ ਸਕਦੇ। ਮਹਾਰਾਜ ਸਾਡਾ ਵੀ ਕੁੱਝ ਸੋਚੋ, ਕਈ ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ, ਸਾਡਾ ਵੀ ਕੁੱਝ ਸੋਚੋ। ਤੇ ਉਸ ਵੇਲੇ ਨੌਵੇਂ ਪਾਤਸ਼ਾਹ ਜੀ ਨੇ ਬਚਨ ਕੀ ਕੀਤਾ, ਕਹਿੰਦੇ ਸਰਹੰਦ ਜਾ ਕੇ ਵੱਸੋ, ਦਸਵੇਂ ਜਾਮੇ 'ਚ ਤੁਹਾਡਾ ਉਧਾਰ ਕਰਾਂਗੇ, ਦਸਵੇਂ ਜਾਮੇ 'ਚ। ਗੱਲ ਇੰਨੀ ਹੈ, ਪਰ ਇਹਦੇ ਵਿੱਚੋਂ ਨਿਚੋੜ ਕਿੱਡਾ ਤਗੜਾ ਨਿਕਲਦੇ ਆ। ਉਹ ਦੈਂਤ ਨੇ ਕੀ ਕਿਹਾ ਕਿ ਜਿੱਥੋਂ ਤੱਕ ਗੁਰਬਾਣੀ ਦੀ ਆਵਾਜ਼ ਕੰਨਾਂ 'ਚ ਪੈਂਦੀ, ਅਸੀਂ ਉੱਥੇ ਟਿਕ ਨਹੀਂ ਸਕਦੇ, ਸਾਨੂੰ ਕੋਵਾਂ ਦੂਰ ਭੱਜਣਾ ਪੈਂਦਾ। ਇਹ ਮੇਰੀ ਬੇਨਤੀ ਹੈ, ਉਹ ਜਿੱਥੇ ਗੁਰਬਾਣੀ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜਿੱਥੇ ਗੁਰਬਾਣੀ ਹੈ ਉੱਥੇ ਭੂਤਾਂ ਪ੍ਰੇਤਾਂ ਨੂੰ, ਜਾਦੂ ਟੂਣੇ ਮੰਤਰਾਂ ਤਵੀਤਾਂ ਨੂੰ ਕੂੜੇ ਦੇ ਡੱਬੇ 'ਚ ਵੀ ਥਾਂ ਨਹੀਂ ਜੇ ਮਿਲਦੀ। ਬੋਲੇ ਸੋ ਨਿਹਾਲ, ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ, ਜਿੰਨਾ ਵੀ ਹੋ ਸਕੇ ਗੁਰਬਾਣੀ ਦਾ ਪਹਿਰਾ ਆਪਣੀ ਲਾਈਫ ਦੇ ਵਿੱਚ ਵਧਾਓ, ਜਿੰਨਾ ਵੀ ਹੋ ਸਕੇ, ਜਿੰਨਾ ਵੀ ਵੱਧ ਤੋਂ ਵੱਧ ਜਿੰਨਾ ਵੀ ਵਧਾ ਸਕੋ ਵਧਾਓ, ਇਹ ਮੇਰੀ ਬੇਨਤੀ ਹੈ। ਇਹਦੇ ਨਾਲ ਹੋਏਗਾ ਪਤਾ ਕੀ, ਇਹਦੇ ਨਾਲ ਗੁਰੂ ਪਿਤਾ ਜੀ ਦੀ ਨੇੜਤਾ ਮਿਲਣੀ ਸ਼ੁਰੂ ਹੋ ਜਾਏਗੀ। ਇਹ ਜਾਦੂ ਟੂਣੇ ਮੰਤਰ ਅਸੀਂ ਕਹੀ, ਫਲਾਣੇ ਨੇ ਸਾਡੇ 'ਤੇ ਕੁਝ ਕਰ, ਕੌਣ ਕੁਝ ਕਿਸੇ 'ਤੇ ਕਰ ਸਕਦਾ? ਤੇਰੇ ਕੋਲ ਗੁਰਬਾਣੀ ਦਾ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਆਹ ਗੁਰਬਾਣੀ ਦਾ
ਆਪਣੇ ਇਰਦ ਗਿਰਦ ਉਹ ਵਾੜ ਲਾ ਕੇ ਰੱਖ ਗੁਰਬਾਣੀ ਦੀ ਜੀ, ਉਹ ਪ੍ਰੋਟੈਕਸ਼ਨ ਦੇ ਵਿੱਚ ਰਹਿ ਗੁਰਬਾਣੀ ਦੀ, ਫਿਰ ਕੋਈ ਵੀ ਤੇਰਾ ਵਾਲ ਵਿੰਗਾ ਨਹੀਂ ਕਰ ਸਕਦਾ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌ ਗਿਰਦ ਖਮਾਰੇ ਰਾਮ ਕੌਰ ਦੁੱਖ ਲੱਗੇ ਨਾ ਭਾਈ। ਇਹ ਮੇਰੀ ਬੇਨਤੀ, ਕੋਈ ਛੋਟੇ ਤੋਂ ਛੋਟੀ ਪ੍ਰੋਬਲਮ ਆ ਜੇ, ਵੱਡੇ ਤੋਂ ਵੱਡੀ ਪ੍ਰੋਬਲਮ ਆ ਜੇ ਸਾਡੇ ਘਰ ਦੇ ਵਿੱਚ ਪਿਆਰਿਓ, ਹਰ ਵੇਲੇ ਗੁਰਬਾਣੀ ਦਾ ਹੀ ਓਟ ਆਸਰਾ ਆਪਾਂ ਲੈਣਾ। ਆਓ ਗੁਰੂ ਤੇਗ ਬਹਾਦਰ ਸਾਹਿਬ ਬਾਪੂ ਜੀ ਦਾ ਆਗਮਨ ਦਿਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਸਾਰੀ ਸੰਗਤ ਪਿਆਰ ਨਾਲ ਪੜਿਓ, ਕੋਈ ਰਸਨਾ ਮਾਂਝੀ ਨਾ ਰਹੇ। ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ, ਬਹਾਦਰ ਸਿਮਰੇ, ਸਾਰੇ ਬੋਲ ਜੀ, ਤੇਗ ਬਹਾਦਰ ਸਿਮਰੇ, ਕਰਨੋ ਨਿਥ ਆਵੇ ਤਾਂ ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ। ਧੰਨ ਗੁਰੂ ਰਾਮਦਾਸੀ, ਧੰਨ ਗੁਰੂ ਰਾਮਦਾਸੀ, ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਪ੍ਰਥਮ ਪਗਾਉਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ, ਪ੍ਰਥਮ ਪਗਾਉਤੀ ਸਿਮਰ ਕੇ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਕਰਨੋ ਨਿਥ ਆਵੇ ਤਾਂ ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਬਹਾਦਰ ਸਿਮਰੇ, ਸਾਰੇ ਤੇਗ ਬਹਾਦਰ ਸਿਮਰੇ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਅਰਜਨ ਹਰ
ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰ ਕ੍ਰਿਸ਼ਨ ਬੋਲੋ ਸ੍ਰੀ ਹਰ ਕ੍ਰਿਸ਼ਨ ਰਜ ਕੇ ਸ੍ਰੀ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਕਰ ਨੋ ਨਿਥ ਆਵੇ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾ ਗੁਰਮੁਖ ਪਿਆਰੇ ਮੈਨੂੰ ਕਿਹੜੀ ਜਗ੍ਹਾ ਤੁਹਾਡੀ ਪਹਿਲਾਂ ਪ੍ਰਤਾਪਗੜ੍ਹ ਤੋਂ ਆਏ ਨੇ ਵੇਖੋ ਤੇ ਇਹ ਕਿੱਥੋਂ ਕਿੱਥੋਂ ਸੰਗਤਾਂ ਪਿਆਰ 'ਚ ਆ ਗਈਆਂ ਇੱਕ ਪਰਿਵਾਰ ਦੇ ਉੱਦਮ ਸਦਕਾ ਕਿੰਨਿਆਂ ਦਾ ਭਲਾ ਹੋ ਰਿਹਾ ਤੇ ਆਓ ਮੇਰੇ ਮਨ ਦੀ ਭਾਵਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਪਿਆਰਾ ਮਿੱਠੜਾ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 496 ਨੰਬਰ ਅੰਗ ਦੇ ਉੱਤੇ ਇਹ ਦਰਜ ਪੂਤਾ ਮਾਤਾ ਕੀ ਆਸੀਸ ਸਾਰੀ ਸੰਗਤ ਪਿਆਰ ਨਾਲ ਬੋਲਿਓ ਆਪਣੇ ਲਈ ਵੀ ਆਪਣੇ ਬੱਚਿਆਂ ਲਈ ਵੀ ਅਸੀਸਾਂ ਮੰਗਿਓ ਔਰ ਵੇਖੋ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ ਪੁਰਬ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਮਾਤਾ ਨਾਨਕੀ ਜੀ ਅੱਜ ਕਿੰਨੀਆਂ ਸੀਸਾਂ ਦਿੰਦੇ ਹੋਣਗੇ ਮੈਨੂੰ ਲੱਗਦਾ ਸ਼ਬਦ ਪੜ੍ਹਿਆ ਹੋਏਗਾ ਉਸ ਵੇਲੇ ਵੀ ਉਹਨਾਂ ਨੇ ਕਰਿਓ ਕਿਰਪਾ ਪਿਆਰ ਨਾਲ ਜੀ ਮਾਤਾ ਕੀ ਆਸੀਸ ਪੂਤਾ ਮਾਤਾ ਕੀ ਆਸੀਸ ਪੂਤਾ ਮਾਤਾ ਕੀ ਬੋਲੋ ਮਾਤਾ ਕੀ ਆਸੀਸ ਪੂਤਾ ਮਾਤਾ ਕੀ ਮਾਤਾ ਕੀ ਆਸੀਸ ਪੂਤਾ ਮਾਤਾ ਕੀ ਨਿਮਖ ਨ ਬਿਸਰੋ ਤੁਮਕੋ ਹਰ ਹਰ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ ਸਦਾ ਭਜੋ ਜਗਦੀਸ ਮਾਤਾ ਕੀ ਆਸੀਸ ਪੂਤਾ
ਮੋਤਾ ਮਾਤਾ ਕੀ ਮਾਤਾ ਕੀ ਆਸੀਸ ਪੋਤਾ ਮਾਤਾ ਕੀ ਬੋਲੋ ਮਾਤਾ ਕੀ ਆਸੀਸ ਪੋਤਾ ਮਾਤਾ ਕੀ ਮਾਤਾ ਕੀ ਆਸੀਸ ਪੋਤਾ ਜਿਸ ਸਿਮਰਤ ਸਭ ਕਿਲ ਵਿਖਨਾਸੇ ਪਿਤਰੀ ਹੋਏ ਮਾਤਾ ਕੀ ਆਸੀਸ ਪੋਤਾ ਮਾਤਾ ਕੀ ਮਾਤਾ ਕੀ ਆਸੀਸ ਪੋਤਾ ਮਾਤਾ ਕੀ ਮਾਤਾ ਕੀ ਆਸੀਸ ਪੋਤਾ ਮਾਤਾ ਕੀ ਗੁਰੂ ਰਾਮਦਾਸ ਜੀ ਰੰਗ ਤਮਾਸ਼ਾ
निमख न बिसरो तुमको हर हर, निमख न बिसरो तुमको हर हर, सदा पजो जगदीश पोता माता की, माता की आशीष पोता माता की, माता की आशीष पोता माता की, माता की आशीष पोता माता की। वाहिगुरु बोले सोनहाल सत श्री अकाल, धन गुरु रामदास जी, धन गुरु रामदास जी, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ। ਕੀਰਤਨ ਦੀ ਹੁਣ ਸਮਾਪਤੀ ਹੈ, ਅਸੀਂ ਸ਼ਬਦ ਪੜ੍ਹਦੇ ਹਾਂ ਅਖੀਰ ਤੇ 3-4 ਮਿੰਟ। ਗੁਰਸਿੱਖਾਂ ਮਨ ਵਧਾਈਆਂ, ਤੇ ਜਿਹੜੇ ਤੁਸੀਂ ਮੈਨੂੰ ਹੁਕਮ ਕਰ ਰਹੇ ਹੋ ਜੇ ਤੁਸੀਂ ਨਾ ਪੜ੍ਹਦੇ ਬਾਂ ਜਾਂ ਸਾਡੀ ਕਦੇ ਨਾ ਛੱਡਿਓ ਬਾਂ, ਇਹ ਤੁਸੀਂ ਯੂਟਿਊਬ 'ਤੇ ਸੁਣ ਲਿਓ। ਜਿਨ੍ਹਾਂ ਨੇ ਸਾਡੇ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤੇ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਇਹ ਬੇਨਤੀ ਹੈ। ਆਓ 3-4 ਮਿੰਟ ਵਧਾਈਆਂ ਇੱਕ ਦੂਜੇ ਨੂੰ ਦੇ ਲਓ, ਅੱਜ ਬਾਪੂ ਜੀ ਦਾ ਆਗਮਨ ਪੁਰਬ ਹੈ। ਇੱਕ ਦੂਜੇ ਨੂੰ ਚੜ੍ਹਦੀ ਕਲਾ ਦੇ ਵਿੱਚ ਵਧਾਈਆਂ ਦਿਓ, ਫਿਰ ਆਪਾਂ ਸਮਾਪਤੀ ਕਰ ਦੇਣੀ। ਭੁੱਲ ਚੁੱਕ ਦੀ ਤੁਸੀਂ ਖਿਮਾ ਕਰਨੀ, ਕੀਰਤਨ ਭੇਟ ਜਿੰਨੀ ਮਾਇਆ ਤੁਸੀਂ ਦਿੱਤੀ ਜਾਂ ਦਿੰਦੇ ਹੋ, ਆਪਣੀਆਂ ਅੱਖਾਂ ਨਾਲ ਆ ਕੇ ਤੱਕੋ। ਮੈਂ ਰੋਜ਼ 3-4 ਜਾਂ ਰਾਤੀਂ 10-11 ਤੁਹਾਨੂੰ ਬੇਨਤੀ ਕਰਦਾ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਅੰਮ੍ਰਿਤਸਰ ਆਓ, 2-3 ਘੰਟੇ ਦਾ ਟਾਈਮ ਵੱਧ ਕੱਢ ਕੇ ਆਓ, ਆਪਣੀਆਂ ਅੱਖਾਂ ਨਾਲ ਵੇਖੋ ਤੁਹਾਡੀ ਮਾਇਆ ਲੱਗਦੀ ਕਿੱਥੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਰਾਮ ਤੀਰਥ ਰੋਡ ਹੈ ਅੰਮ੍ਰਿਤਸਰ ਸਾਹਿਬ, ਉੱਥੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਚੱਲ ਰਿਹਾ, ਉਹਦੇ ਅਧੀਨ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, CBSE ਸਕੂਲ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਔਰ ਦੁਨਿਆਵੀ ਵੀ। ਬਾਕੀ CBSE ਸਕੂਲਾਂ 'ਚ ਰੇਟ ਪਤਾ ਕਰਕੇ ਫਿਰ ਉੱਥੇ ਆਇਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਕਿਵੇਂ ਨੋਰਮਲ ਜਿਹੀਆਂ ਫੀਸਾਂ ਦੇ ਉੱਤੇ ਬੱਚੇ ਚੰਗੀ ਸਿੱਖਿਆ ਲੈ ਰਹੇ। ਉੱਥੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ, ਨਾਲ ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ, ਅਲਟਰਾਸਾਊਂਡ, ਐਕਸਰੇ, ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਸਾਰੇ ਇਲਾਜ ਇੱਕੋ ਛੱਤ ਥੱਲੇ, ਬਿਲਕੁਲ ਨੋਰਮਲ ਜਿਹੇ ਰੇਟਾਂ 'ਤੇ। ਅਜੇ ਸਵੇਰੇ 9 ਤੋਂ ਸ਼ਾਮੀ 6 ਵਜੇ ਤੱਕ ਚੱਲਦਾ ਹਸਪਤਾਲ। ਇਹੋ ਇਹੋ ਜਿਹੇ ਮਰੀਜ਼ ਮੈਂ ਬਾਪੂ ਜੀ ਦੀ ਗੋਦੀ 'ਚ ਕਹਿ ਰਿਹਾ, ਦੂਜੀਆਂ ਥਾਵਾਂ 'ਤੇ 10-10 ਮਹੀਨੇ ਇਲਾਜ ਨੂੰ ਲੱਗ ਜਾਂਦੇ, ਉੱਥੇ 10 ਦਿਨਾਂ 'ਚ ਰਾਜ਼ੀ ਹੋ ਜਾਂਦੇ। ਰਾਜ਼ੀ ਹੋਣ ਵੀ ਕਿਉਂ ਨਾ, ਉੱਥੇ ਤੁਹਾਡੀਆਂ ਬਖਸ਼ਿਸ਼ਾਂ ਵਰਤ ਰਹੀਆਂ ਨੇ, ਬਾਬਾ ਦੀਪ ਸਿੰਘ ਜੀ ਦੀ ਕਲਾ ਵਰਤ ਰਹੀ ਹੈ,
ਜੋ ਤੁਸੀਂ ਕਿਣਕਾ ਕਿਣਕਾ ਆਪਣੀ ਅਸੀਸ ਦਿੰਦੇ ਹੋ, ਅਸੀਸ ਕੰਮ ਕਰ ਰਹੀ ਹੈ ਅਸੀਸ, ਅਤੇ ਨਾਲ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ, 2500 ਪ੍ਰੇਮੀ ਰੋਜ਼ ਦੇ ਮੂੰਹੋਂ ਕਹਿਣੇ ਹੁੰਦੇ, 4 ਦਿਨਾਂ ਦੇ ਬਣ ਗਏ 10,000, ਆਖੋ ਧੰਨ ਗੁਰੂ ਰਾਮਦਾਸ ਜੀ, 10,000 ਪ੍ਰੇਮੀ 4 ਦਿਨਾਂ ਦੇ ਵਿੱਚ ਲੰਗਰ ਛਕ ਲੈਂਦਾ, ਮਹੀਨੇ ਦੇ ਕਿੰਨੇ ਬਣ ਜਾਣਗੇ ਤੁਸੀਂ ਆਪੇ ਅੰਦਾਜ਼ਾ ਲਾ ਲਓ, ਅਤੇ ਇਹ ਤੁਹਾਡੇ ਕਿਣਕੇ ਕਿਣਕੇ ਨਾਲ ਰੋਜ਼ ਗੁਰੂ ਦਾ ਲੰਗਰ ਚੱਲਦਾ, ਨਾਲ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਉਹ ਗੱਡੀ ਬਣਾਈ ਹੈ ਜਿਹਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਰੋਜ਼ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਆਪਣੇ ਘਰੋਂ ਕੱਢ ਦਿੱਤਾ, ਅਸੀਂ ਇੱਦਾਂ ਨਹੀਂ ਕਰਨਾ, ਅਸੀਂ ਮਾਤਾ ਪਿਤਾ ਦਾ ਸਤਿਕਾਰ ਕਰਨਾ, ਪਰ ਜਿਨ੍ਹਾਂ ਨੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੱਤਾ ਉਹਨਾਂ ਦੇ ਘਰਾਂ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਵਾ ਕੇ ਪਹੁੰਚਾਉਣ ਦੀ ਸੇਵਾ ਹੁੰਦੀ ਹੈ। ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, 3 ਸਾਲਾਂ ਦਾ ਲੜਕਿਆਂ ਦਾ ਕੋਰਸ ਗੁਰਮਤਿ ਦਾ, ਸਾਡੇ ਕੋਲ ਹੀ ਰਹਿੰਦੇ ਨੇ 40-50 ਲੜਕੇ, ਮਹਾਰਾਜ ਜੀ ਦੀ ਮਿਹਰ ਦੇ ਨਾਲ 3 ਵੇਲੇ ਪ੍ਰਸ਼ਾਦਾ ਵੀ, ਨਾਲ ਗੁਰਮਤਿ ਦੀ ਪੜ੍ਹਾਈ ਵੀ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਆਪਣਾ ਗੁਰਬਾਣੀ ਦੀ ਇਹ ਸਭ ਕੁਝ ਗੁਰੂ ਜੀ ਦੀ ਕਿਰਪਾ ਦੇ ਨਾਲ ਹੋ ਰਿਹਾ, ਅਤੇ ਨਾਲ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ। ਦੂਜੇ ਪਾਸੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਗੁਰਦੁਆਰਾ ਸਾਹਿਬ ਬਣ ਰਿਹਾ, ਬਾਬਾ ਦੀਪ ਸਿੰਘ ਜੀ ਦੇ ਨਾਂ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਇਸ ਤੋਂ ਇਲਾਵਾ ਵੱਡੀ ਸਰਾਂ ਬਣ ਰਹੀ, ਜੋ ਕਿਣਕਾ ਕਿਣਕਾ ਤੁਸੀਂ ਦਿੱਤਾ ਜਾਂਦੇ ਤੁਹਾਡੀ ਇਹ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ। ਅਰਦਾਸ ਕਰਿਓ ਗੁਰੂ ਰਾਮਦਾਸ ਬਖਸ਼ਿਸ਼ ਦਾ ਖਾਤਾ ਖੋਲ੍ਹ ਕੇ, ਰਹਿਮਤ ਦਾ ਖਾਤਾ ਖੋਲ੍ਹ ਕੇ, ਬਾਬਾ ਦੀਪ ਸਿੰਘ ਜੀ ਆਪਣੀਆਂ ਸੇਵਾਵਾਂ ਨਿਮਰਤਾ ਦੇ ਵਿੱਚ ਆਪ ਲੈਂਦੇ ਰਹਿਣ। ਆਓ 3-4 ਮਿੰਟ ਇੱਕ ਦੂਜੇ ਨੂੰ ਵਧਾਈਆਂ ਦਿਓ, ਫਿਰ ਕੀਰਤਨ ਦੀ ਆਪਾਂ ਸਮਾਪਤੀ ਕਰਾਂਗੇ। ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ, ਔਰ ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੇ 3-4 ਦੁਪਹਿਰੀ PTC 'ਤੇ ਪ੍ਰੋਗਰਾਮ ਨਹੀਂ ਦੇਖਦੇ ਜ਼ਰੂਰ ਦੇਖਿਆ ਕਰੋ, ਜੇ ਨਾ ਟਾਈਮ ਮਿਲੇ 10-11 ਰਾਤੀਂ ਵੇਖ ਲਿਆ ਕਰੋ, ਨਹੀਂ ਸਮਾਂ ਮਿਲਦਾ ਸਾਡੇ YouTube ਚੈਨਲ 'ਤੇ ਰੋਜ਼ ਅਪਲੋਡ ਹੋ ਜਾਂਦੇ ਨੇ ਪ੍ਰੋਗਰਾਮ, ਜਿਸ ਟਾਈਮ ਤੁਹਾਨੂੰ ਟਾਈਮ ਲੱਗੇ ਉਦੋਂ ਵੇਖ ਲਿਆ ਕਰੋ, ਪਰ ਵੇਖਿਆ ਕਰੋ ਜ਼ਰੂਰ। ਆਖੋ ਧੰਨ ਗੁਰੂ ਰਾਮਦਾਸ ਜੀ, ਕਿਉਂਕਿ ਜਿਹੜਾ ਜੁੜ ਜਾਂਦਾ ਨਾ ਕਦਰ ਉਹਦੀ ਪੈਂਦੀ ਹੈ। ਆ ਦਰਵਾਜ਼ਾ ਅਸੀਂ ਗੱਡੀ 'ਚ ਬਹਿੰਦੇ ਹਾਂ ਨਾ, ਗੱਡੀ 'ਚ ਦਰਵਾਜ਼ਾ ਆਪਣੀ ਚੀਜ਼ ਨਾਲ ਨਹੀਂ ਜੁੜਿਆ, ਚੰਗੀ ਤਰ੍ਹਾਂ ਨਹੀਂ ਬੰਦ ਹੋਇਆ, ਉਹਦੇ ਵਿੱਚੋਂ ਖੜਾਕ ਦੀ ਆਵਾਜ਼ ਆਉਂਦੀ ਰਹਿੰਦੀ, ਬੰਦਾ ਕਹਿੰਦਾ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰ, ਜੁੜ ਜਾਵੇ। ਜਦੋਂ ਜੁੜੇਗਾ ਇਹਦੇ ਨਾਲ ਹੋਏਗਾ ਕਿ ਖੜਾਕ ਵੀ ਬੰਦ ਹੋ ਜਾਏਗਾ, ਅਤੇ ਜਿਹੜਾ ਅੰਦਰ ਬੈਠਾ ਹੈ ਨਾ ਉਹਦੀ ਜਾਨ ਵੀ ਬਚੀ ਰਹੇਗੀ। ਨਹੀਂ ਤਾਂ ਜੇ ਦਰਵਾਜ਼ਾ ਆਪਣੇ ਉਹਦੇ ਨਾਲ ਨਹੀਂ ਲੱਗਾ ਧੁਰੇ ਦੇ ਨਾਲ, ਜਿਹੜਾ ਬਾਰੀ ਦੇ ਨਾਲ ਜੁੜ ਕੇ ਬੈਠਾ ਉਹਦੇ ਵੀ ਡਿੱਗਣ ਦਾ ਖਤਰਾ ਹੋ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਜਿਹੜਾ ਜੁੜ ਗਿਆ ਕਦਰ ਉਹਦੀ ਪੈਂਦੀ ਹੈ, ਜਿਹੜਾ ਜੁੜ ਗਿਆ, ਜਿਹੜਾ ਟਿੱਕ ਗਿਆ, ਹੈਂਜੀ ਇਹ ਮੇਰੀ ਬੇਨਤੀ ਹੈ, ਜੁੜਿਆ ਕਰੋ ਰੋਜ਼ 3-4 ਜਾਂ ਰਾਤੀਂ 10-11 PTC ਸਿਮਰਨ ਦੇ ਮਾਧਿਅਮ ਰਾਹੀਂ, ਜਾਂ ਸਾਡਾ ਜਿਹੜਾ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਮਾਧਿਅਮ ਰਾਹੀਂ ਰੋਜ਼ 1 ਘੰਟੇ ਦਾ ਟਾਈਮ ਕੱਢ ਲਓ। ਮੈਂ ਵੱਧ ਨਹੀਂ ਕਹਿੰਦਾ, 1 ਘੰਟਾ ਰੋਜ਼ ਕੱਢਿਆ ਕਰੋ, ਪੂਰਾ 1 ਘੰਟਾ ਇੱਕ ਵੇਲੇ ਨਹੀਂ ਕੱਢ ਸਕਦੇ, 1/2 ਘੰਟਾ ਹੁਣ ਸੁਣ ਲਿਆ, 1/2 ਘੰਟਾ ਸ਼ਾਮੀ, ਵੈਸੇ 1 ਘੰਟਾ ਕੱਢਣਾ ਕੋਈ ਔਖਾ ਨਹੀਂ, 2-2 ਘੰਟੇ ਫੇਸਬੁੱਕਾਂ ਚਲਾ ਲੈਂਦੇ ਆਪਾਂ ਰੋਜ਼। ਆਖੋ ਧੰਨ ਗੁਰੂ ਰਾਮਦਾਸ ਜੀ, ਸੱਚਾਈ ਕਹਿੰਦੇ ਹਾਂ, ਫੇਸਬੁੱਕਾਂ ਵਟਸਐਪ ਚਲਾ ਲਾਂਗੇ ਉਦਾਂ ਗੱਲ ਕਰ, ਅਸੀਂ ਬਿਜ਼ੀ ਬਣੇ ਹਾਂ, 2-2 ਘੰਟੇ ਨਿੰਦਿਆ ਕਰ ਲਾਂਗੇ ਉਦੋਂ ਨਹੀਂ ਬਿਜ਼ੀ ਆਪਾਂ, 2-2 ਘੰਟੇ ਗੰਦੀਆਂ ਚੀਜ਼ਾਂ ਵੇਖ ਲਾਂਗੇ ਮੋਬਾਈਲਾਂ ਦੇ ਉੱਤੇ ਉਦੋਂ ਨਹੀਂ ਬਿਜ਼ੀ ਆਪਾਂ, 2-2 ਘੰਟੇ 3-3 ਘੰਟੇ ਫੇਸਬੁੱਕਾਂ ਵਟਸਐਪ ਚਲਾ ਲਾਂਗੇ ਉਦੋਂ ਨਹੀਂ ਬਿਜ਼ੀ ਆਪਾਂ। ਜਦੋਂ ਚੰਗਾ ਕੰਮ ਕਰਨਾ ਉਦੋਂ ਅਸੀਂ ਬਹਾਨੇਬਾਜ਼ੀ ਕਰਦੇ ਹਾਂ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ,
ਇੱਦਾਂ ਨਹੀਂ ਕਰਨਾ। ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਦੇਖਿਆ ਕਰੋ ਪ੍ਰੋਗਰਾਮ, ਅਤੇ ਜਿਹੜੇ ਵੇਖਦੇ ਹੋ ਨਾ ਜੀ, ਤੁਸੀਂ ਵੱਡੀ ਸੇਵਾ ਨਿਭਾਓ, 10-10 ਨੂੰ ਹੋਰ ਜੋੜੋ ਉਹਨਾਂ ਨੂੰ ਕੋ ਵੇਖ ਤੋਂ, ਅਤੇ ਜਦੋਂ ਉਹ ਵੇਖਣ ਲੱਗ ਪੈਣ 1-2 ਦਿਨਾਂ ਬਾਅਦ ਪੁੱਛੋ ਕੱਲ੍ਹ ਕੀ ਸੁਣਾਇਆ ਸੀ ਵੀਰ ਜੀ ਨੇ, ਦੱਸ ਜ਼ਰਾ ਮੈਨੂੰ, ਵੇਖਦਾ ਕਿ ਐਵੇਂ ਕਹੀ ਜਾਂਦਾ। ਇੱਦਾਂ ਪੁੱਛਿਆ ਕਰੋ, ਇੱਕ ਦੂਜੇ ਨੂੰ ਜੋੜੋ, ਜੋੜਨ ਵਰਗਾ ਪੁੰਨ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ। ਆਓ ਗੁਰੂ ਰਾਮਦਾਸ ਜੀ ਵਧਾਈਆਂ ਦੇ ਰਹੇ ਆਪਣੀ ਮੁਬਾਰਕ ਰਸਨਾ ਤੋਂ ਇਸ ਸ਼ਬਦ ਦੇ ਰਾਹੀਂ, ਤੇ ਆਓ ਅਸੀਂ ਵੀ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਈਏ। ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਰਾਮ ਰਾਜੇ ਜਿਨ ਮੇਰਾ ਸਤਿਗੁਰੂ ਡੇਠਾ ਰਾਮ ਰਾਜੇ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ 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 ਸਿੱਖਾ ਮਨ ਨਾਮ ਕੀ ਬੋਲੋ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ ਵਧਾਈਆਂ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਤਿਉਂ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ।
ਵਧਾਈਆਂ ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ 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 ਗੁਰੂ ਰਾਮਦਾਸ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ ਸਮੂਹ, ਆਪ ਰੱਬ ਰੂਪ ਸੰਗਤਾਂ ਦਾ, ਜਿਨ੍ਹਾਂ ਨੇ ਬਹਿ ਕੇ ਸਾਰੀਆਂ ਸੀਸਾਂ ਦਿੱਤੀਆਂ, ਸਭ ਸੇਵਾਵਾਂ ਲਈਆਂ, ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਫਿਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ, ਫਿਰ ਵੀ ਮਿਲੇ, ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿੱਪ ਆ ਗਈ ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੁਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿੱਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875909004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ ਚ ਮੰਗਵਾ ਸਕਦੇ ਹੋ।